نی یا صاحب زمان ادکنی بارویں دے نام تے سروا مجلس دی آمد سارے مل کے اچ آواز نال صلوات پڑھ لو صلی اللہ علیہ وسلم نعرہ تکبیر نعرہ تکبیر علی دے خالق دا نام سارے آواز بلند گنو نعرہ تکبیر نعرہ رسالت نعرہ رسالت نعرہ حیدری سارے ہاتھ بلند کر کے حیدری خالق جس کو اوج کمال دیتا ہے مہربان بسم اللہ کا خالق جس کو اوج کمال دیتا ہے اس کو علی و بطول کی چوکھٹ میں ڈال دیتا ہے خالق جس کو اوج کمال دیتا ہے اس کو علی و بطول کی چوکھٹ میں ڈال دیتا ہے پرکھنا ہو جس کو کہو یا علی مدد پرکھنا ہو جس کو کہو یا علی مدد یہ وہ نام ہے جو شجر کنگال دیتا ہے آل محمد جوانا بزرگاں دا ٹرایا منظور و مقبول ہوئے بانی مجلس شمس عباس دا پرسا بارگاہ منظور و مقبول ہوئے مولا دے رزق مال چ برکت پاوے مولا ای آستان کو قیامت تک آباد رکھے جنہ جنہ ای آستان چ حصہ گنا ہے مولا انہاں دی زندگی دراز رکھے ایک بزرگاں دا آستان ہے اتھاں ونجن ادھ زواری ہے چند منٹ علی دی تعریف سنو محمد دا فرمان پورا کرن دی خاطر محمد فرمیندے یا علی تیرے نال محبت اوہ رکھ سی جیڑا حلالی ہو سی بسم اللہ حیدری تیرے نال محبت اوہ رکھ سی جیڑا ہونی تھک گئے ہیک ذاکر سن کے تے بندہ باہر بھج ونجے تے ہووے بھی اٹھ نو دا ٹائم اوندے چسکی چاوان آئے بھی ذکر سنن تو نہیں آیا ہووے بھی اٹھ دا ٹائم تے پندرہ منٹ مجلس سن کے باہر بھج پوے تو وہ ایویں سمے سیر کرن آئے مجلس دی ابتدا ہے بندہ ڈیڑھ گھنٹہ دو گھنٹے بہ کے ہر کو سنے اوندے بعد سائی کڈے لنگوری کافی ہے کہیں شاید پرواہ بھی کوئی نہیں ذاکری میرے بعد بہترین بیٹھن مولا انہ دے زبان اثر بخشے تے مولا تہاڈی زندگی دراز رکھے بولن نال دو فائدے نہیں ایک رزق چ اضافہ ہے دوجا سردی مک ویندی شاباش حیدری ایویں مولا صاحب میں مولا دی تاریخ سناونا چاہنا چار منٹ اس دے بعد مصائب دا جملہ مولا توجہ تکلیفاں دور فرمائے نوکر نوکر میرا مرشد ہے میرا سردار ہے ان دا حکم میں ضرور منے سا لیکن پہلے دو منٹی میں تعریف سنو جا حلالی ہون دا ثبوت دینا جیڑا علی دی تعریف کرے وہ اپنی ماں دا شکریہ ادا کرے جو میں نو حلال دا جایا
ਬ੍ਰਦਰ ਕਈ ਬੰਦੇ ਯਾਰ ਅਸਾਂ ਅਲੀ ਦਾ ਨਾਂ ਚਾਹੀਦੇ ਘੁੱਟੀ ਚ ਵਹਿੰਦਾ ਯਾਰ ਖੁਸ਼ ਥੀ ਕਿ ਚਿਹਰਾ ਮਾਨਿਤ ਗੁੱਲੇ ਗੁਲਾਬ ਦੇ ਖਿੜ ਜਾਵੇ ਹਜ਼ਾਰ ਜਵਾਨ ਨਾਲ ਲੜਨ ਵਾਲਾ ਮਿਸਰੀ ਮੌਲਾ ਅਲੀ ਦੇ ਖੈਮੇ ਦੇ ਮੈਂ 20 ਕਦਮਾਂ ਦੇ ਫਾਸਲੇ ਤੇ ਘੋੜਾ ਰੋਕੇ ਸ਼ਕਲ ਮਾਰ ਕੇ ਤੇ ਇਮਰਾਨ ਦਾ ਬੇਟਾ ਅਲੀ ਅਬੂ ਤਾਲਬ ਦਾ ਬੇਟਾ ਅਲੀ ਜੰਗ ਉਹਦ ਨਹੀਂ ਜੰਗ ਬਦਰ ਨਹੀਂ ਜੰਗ ਹੁਨੈਨ ਨਹੀਂ ਤੇਰੇ ਨਾਲ ਮੁਹੰਮਦ ਆਉਂਦਾ ਬੜੇ ਬੜੇ ਜੰਗਜੂ ਹੁੰਦੇ ਹਨ ਤੂੰ ਕਾਮਯਾਬ ਹੁੰਦਾ ਮੈਂ ਮੁਹੰਮਦ ਟੁਰ ਗਏ ਜੰਗਜੂ ਟੁਰ ਗਏ ਕਈ ਤੇਰੇ ਪੁੱਤਰ ਛੋਟੇ ਕਈ ਬੜੇ ਤੂੰ 60 ਸਾਲ ਦਾ ਸਾਡੇ ਕੋਲ 3 ਲੱਖ ਫੌਜ ਹੈ ਤੇਰੇ ਕੋਲ 80 ਹਜ਼ਾਰ ਹੈ ਤੂੰ ਹੱਥ ਉੱਤਰ ਤੇ ਕਰਕੇ ਘਰ ਚਲਾ ਜਾ ਮੈਂ ਇਨਾਮ ਗਿਣ ਕੇ ਘਰ ਚਲਾ ਵੈਸਾ ਮੇਰੇ ਵਤਨ ਦੇ ਸਰਦਾਰਾਂ ਮਲਕਾਂ ਮਖਦੂਮਾਂ ਮੌਲਾ ਅਲੀ ਦੇ ਵਸਣ ਦੀ ਰੁੱਤ ਹੈ ਅਲੀ 18 ਪੁੱਤਰਾਂ ਦੇ ਦਰਮਿਆਨ ਜੀਵੇ ਬੈਠੇ ਜਿਵੇਂ 14 ਦਾ ਚੰਦ ਸਿਤਾਰਾ ਸਾ ਬਿਸਮਿਲਲਾ ਕਰ ਜਿਵੇਂ 14 ਦਾ ਚੰਦ ਨੌਕਰ ਬੈਠੇ ਹੋਏ ਡਾਇਰੈਕਟ ਦਰਵਾਜ਼ੇ ਤੇ ਜਾਵਾਂ ਨੌਕਰ ਅਕਸਰ ਯਾਰ ਤੂੰ ਸਾਡੇ ਨਾਲ ਗੱਲ ਕਰ ਤੂੰ ਕਿਉਂ ਗਏ ਅਸਾਂ ਕਿਸ ਵਾਸਤੇ ਬੈਠੇ ਆਏ ਇਹ ਜੋ ਡਾਇਰੈਕਟ ਗੱਲ ਕੀਤੀ ਹੈ ਕਿ ਨੋ ਅਲੀ ਦੇ ਜਰਨੈਲ ਉੱਠਣ ਕਿ ਨੋ ਅਲੀ ਦੇ ਫੌਜੀ ਉੱਠਣ ਕਿ ਨੋ ਅਲੀ ਦੇ ਪੁੱਤਰ ਉੱਠਣ ਮੌਲਾ ਫਰਮਾਏ ਬੈਠ ਜਾਓ ਮੈਂ ਅਲੀ ਮੌਜੂਦ ਹਾਂ ਮੈਂ ਆਦਿਲ ਹਾਂ ਮੈਂ ਕੁ ਸੱਦਿਸ ਮੈਂ ਅਲੀ ਆਪ ਬੈ ਸ਼ਾਬਾਸ਼ ਸ਼ਾਬਾਸ਼ ਆਪ ਵੈਨਾ ਸਰਕਾਰ ਆ ਗਏ ਪੀਰ ਚੰਦ ਸ਼ਾਹ ਇਹ ਘੋੜੇ ਤੂੰ ਨਹੀਂ ਲੱਥਾ ਇਮਰਾਨ ਦਾ ਬੇਟਾ ਅਲੀ ਤੂੰ ਹੈ ਅਬੂ ਤਾਲਿਬ ਦਾ ਬੇਟਾ ਅਲੀ ਤੂੰ ਹੈ ਮੌਲਾ ਫਰਮਾਏ ਗੱਲਾਂ ਨਾ ਕਰ ਜਾਏ ਅਲੀ ਕੋ ਲੱਭਦਾ ਵਧੇ ਉਹ ਅਲੀ ਮੈਂ ਹੈਦਰੀ ਕਿਬਲਾ ਗਾਮੂ ਸ਼ਾਹ ਵਾਸਿਫ ਆਸਣ ਵਾਲਾ ਇਹਦੀ ਕਿਤਾਬ ਲਿਖੀ ਹੋਈ ਹੈ ਉਹਦਾ ਜੁਮਲਾ ਹੈ ਸਾਡੇ ਮੁਹੰਮਦ ਮੁਸਤਫਾ ਦੀ ਇਕਲੌਤੀ ਬੇਟੀ ਜਨਾਬ ਬਤੂਲ ਦਾ ਸਰਤਾਜ ਅਲੀ ਤੂੰ ਹੈ ਅਦੇ ਉਹ ਅਲੀ ਮੈਂ ਹਾਂ ਅਦੇ ਉਹ ਅਲੀ ਹੈ ਤੇ ਨਾਲ ਮੈਂ ਲੜਦਾ ਹੀ ਨਹੀਂ ਮੌਲਾ ਫਰਮਾਏ ਲੜ ਤੇ ਭਾਵੇਂ ਨਾ ਲੜ 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 ਬਗੈਰ ਅਲੀ ਯੋਨ ਵਲੀ ਉੱਲਾ ਪੜੇ ਦੇ ਮੈਂ ਅਲੀ ਤੇ ਕੋ ਵੰਜਣ ਹੀ ਨਹੀਂ ਦੇ ਸਰਦਾਰ ਬੈਠੇ ਕਦਮ ਜਲਦੀ ਨਾਲ ਵਾਪਸ ਮੌਲਾ ਫਰਮਾਏ ਵਾਪਸ ਸਮਝ ਨਹੀਂ ਆਉਂਦੀ ਜਿੰਤੇ ਵੈਨਾ ਮੈਂ ਕੁੱਤੂ ਨਜ਼ਰ ਆ ਪੱਥਰ ਦੀ ਕੁਰਸੀ ਤੇ ਬੈਠੀਏ ਤੇ ਕੋਈ ਚੰਦ ਭਜੇਦੀ ਸੀਨ ਚ ਦੁੱਧ ਪਵੇਦੀਏ ਵਾਪਸ ਵੱਲਣ ਦੁੱਧ ਪਵੇਦੀ ਅੱਜ ਸੱਜੇ ਖੱਬੇ ਅੱਗੇ ਪਿੱਛੇ ਦੇ ਦਰਾ ਸਮੇਂ ਤੇ ਕੁਆਰੀ ਨਜ਼ਰ ਆ ਸਾ ਤੇਰੀ ਮਾਂ ਪੱਥਰ ਦੀ ਕੁਰਸੀ ਤੋਂ ਉੱਠਸੀ ਮੈਂ ਪੁੱਤਰ ਕੋ ਦੁੱਧ ਪਿਵਾਵਾਂ ਅੱਜ ਮੈਂ ਤੇ ਕੋ ਦੁੱਧ ਪੀਵਣ ਦਿੱਤਾ ਤਾਂ ਮੈਂ ਅੱਲਾ ਦਾ ਭੇਜਾ ਇਮਾਮ ਹੀ ਹੈਦਰੀ ਖਤਮ ਹੋ ਗਿਆ ਐਲਾਨ ਕੀਆ ਉਮਵੀ ਆਮਨ ਹਾਸ਼ਮੀ ਆਮਨ ਸਰਕਾਰ ਨੇ ਨਿਗਾਹ ਕੀਤੀ 18 ਪੁੱਤਰ ਵਰਜ਼ਾ ਪਾ ਕੇ ਆ ਗਏ ਅੱਬਾਸ ਦਾ 11 ਸਾਲ ਦਾ ਸਾਨੇ ਸਫੀਨ ਪਿਉ ਦਾ ਲਿਬਾਸ ਪੂਰਾ ਹੈ ਜਿਵੇਂ ਗੌਹਰ ਅਲੀ ਆਪਣੀ ਸਿਰੇ ਦਿੱਤੀ ਅਲੀ ਆਪਣੀ ਖੋਦ ਦਿੱਤੀ ਅਲੀ ਆਪਣੀ ਤਲਵਾਰ ਦਿੱਤੀ ਯਾਨੀ ਜਨਾਬ ਅੱਬਾਸ ਤੋਂ ਅਲੀ ਨੇ ਅਲੀ ਬਣਾ ਕੇ ਜ਼ਿੰਦਗੀ ਚ ਮੇਰਾ ਕਈ ਕਦਮ ਚਾਹੇ ਹੈਦਰੀ ਬਾਬਾ ਜਾਨ 500 ਕੈਦੀ ਛੁਡਾਉਣਾ ਹੈ ਜੰਗ ਲੜਨੀ ਹੈ ਜਾਂ ਪਾਣੀ ਲੈ ਆਉਣਾ ਹੈ ਸਰਕਾਰ ਫਰਮਾਈ
ਸਾਜਦ ਅਬਾਸ ਮੌਲਾ ਰੰਗ ਲਾਵੀ ਸਾਜਦ ਗਵਾਰ
ਮੈਂ ਝੋਲੀ ਚਾ ਕੇ ਦੁਆ ਪਿਆ ਕਰੇ ਨਾ ਉਸਤਾਦ ਦਰਸਾਇਆ ਕਾਇਮ ਹੋਵੀ ਮੈਂ ਝੋਲੀ ਚਾ ਕੇ ਦੁਆ ਪਿਆ ਕਰੇ ਨਾ ਜਿਤਨਾ ਸੋਹਣਾ ਹਾ ਉਤਨਾ ਔਖਾ ਲੱਤਾ ਹੈ ਸ਼ਾਬਾਸ਼ ਜਵਾਨੀ ਰਜਮਾਨ ਜਿਤਨਾ ਸੋਹਣਾ ਹਾ ਹਕਲ ਮਾਰ ਕਿਆ ਦੇ ਬਾਬਾ ਮੈਂ ਲਹਿੰਦਾ ਪਿਆ ਸ਼ਬੀਰਾ ਦੇ ਤੂੰ ਜੋ ਲਹਿੰਦਾ ਪਏ ਬੁੱਢੜਾ ਬਾਬਾ ਆਉਂਦਾ ਪਈ ਹੁਸੈਨ ਮੈਦਾਨ ਚਾਹੇ ਸੋਨਾ ਰੱਖਦੇ ਜੋ ਇੱਕ ਫਕੀਰ ਹੈ ਕਾਸਾ ਸਰ ਚ ਮਾਰ ਕਿਆ ਦੇ ਵਦੇ ਹੈ ਜਵਾਨ ਮਖਦੂਮ ਅਖਤਰ ਬਾਦਸ਼ਾਹ ਤੈ ਮੈਂ ਕੋ ਹੁਕਮ ਦਿੱਤਾ ਮੈਂ ਤੇਰੀ ਜੱਦ ਦਾ ਨੌਕਰ ਹਾਂ ਇਹ ਫਕੀਰ ਨਹੀਂ ਇਹ ਖਿਜ਼ਰ ਨਬੀ ਹੈ ਜ਼ਮੀਰ ਸ਼ਾਗਰਦੇ ਜੀ ਮੈਂ ਕੋ ਆਖਿਆ ਮੂਸਾ ਖਾਨ ਖਿਜ਼ਰ ਨਬੀ ਅਲੀ ਅਕਬਰ ਦੀ ਮੌਤ ਚ ਫਕੀਰ ਥੀ ਗਈ ਹਾਂ ਪਿਓ ਦਿਖੇ ਹਾਲਤ ਹੈ ਪਿਓ ਨੋਇਆ ਤੇ ਕਮਰ ਤੇ ਰੱਖਿਆ ਤੇ ਅਕਬਰ ਮੇਰੀ ਦੀਦ ਮੁੱਕ ਗਈ ਅਕਬਰ ਦਿਨ ਬਾਅਦ ਮੈਂ ਕੋ ਜਗ ਧੂਆ ਧਾਰ ਦਿਸ ਅਮਾਨਾ ਤੇਰੇ ਪੁੱਤਰ ਦੇ ਦਰਜਾਤ ਬੁਲੰਦ ਕਰੇ ਸਰੀਆ ਜੋ ਨੁੱਖੇ ਕੋ ਨੁੱਖੇ ਦਾ ਪਤਾ ਲੱਗਦਾ ਹਯਾਤੀ ਹੋਈ ਜਵਾਨੀ ਰਜਵਾਣ ਆਦੇ ਜੈ ਕੋ ਬੁਲੈਂਦਾ ਵਦੇ ਉਹ ਤੈਡਾ ਹਾ ਆਦੇ ਮੈਡਾ ਨਾ ਚੈਂਦੇ ਹੀ ਹਾ ਤੈ ਡਿੱਠਾ ਤੋ ਨਾ ਬਹੁ ਸੋਹਣਾ ਵਡਾ ਹਾ ਆਦੇ ਨਿਸ਼ਾਨੀ ਦੇ ਹੀ ਕੋ ਮੈਂ ਗੁਲੈਂਦਾ ਵਦਾ ਆਦੇ ਜਰਾ ਮੈਂ ਡਿੱਠੇ ਹੁੰਦੇ ਮੂੰਹ ਤੇ ਨੁਕਾ ਬਈ ਜਿਹੜੇ ਜੰਗ ਤੋਂ ਫਰਾਹਤ ਮਿਲਿਆ ਸਾਹਮਣੇ ਟਿਬੇ ਤੇ ਚੜ ਵੈਂਦਾ ਅੱਲਾ ਜਾਣੇ ਮਦੀਨੇ ਕੌਣ ਰਾਂਦੀ ਹੈ ਆਦੇ ਤੈਡੇ ਵਾਦਾ ਆ ਗਏ ਮੈਡੋ ਤੇ ਮੌਤ ਆ ਗਈ ਅਮੀਰ ਮੈਂ ਘੋੜੇ ਦੇ ਅੱਗੋਂ ਵੱਲ ਗਿਆ ਮੈਂ ਬਾਗ ਚ ਹੱਥ ਪਾਏ ਮੈਂ ਕਿ ਹੱਥ ਤਾਂ ਤੇਰੇ ਸੋਹਣੇ ਨੁਕਾਬ ਲਹਾ ਚਿਹਰੇ ਦੀ ਜ਼ਿਆਰਤ ਕਰਾਂ ਅਮੀਰ ਆ ਜਿਹੜੇ ਮੈਂ ਨੁਕਾਬ ਲਹਾਏ ਮੈਂ ਤੁਰ ਤੁਰ ਡਿੱਠਾ ਯੂਸਫ ਹੋਸੀ ਮੈਂ ਕੋ ਯੂਸਫ ਦਾ ਫਖਰ ਮਾਲੂਮ ਥੀਂਦਾ ਮੈਂ ਤੁਰ ਤੁਰ ਡਿੱਠੇ ਦਾੜੀ ਪੂਰੀ ਨੈਸ ਲੱਥੀ ਮੈਂ ਕਿਹਾ ਰਾਜ ਨੱਥੀ ਵੇ ਤਾਂ ਜਿੱਕਾ ਹੋ ਜਾ ਜਿਹੜੇ ਜਿੱਕਾ ਥੇ ਮੈਂ ਕਿ ਤੇਰੀ ਦਾੜੀ ਚੁੰਮਾ ਮੈਂ ਕੋ ਆਦੇ ਚੁੰਮ ਮੈਂ ਡੂ ਬੋਸੇ ਗਿੱਦੇ ਨੂੰ ਕੂਕਾ ਮਾਰ ਕੇ ਰੋਂਦਾ ਮੈਂ ਕਿ ਚੁੰਮੀ ਤੇਰੀ ਦਾੜੀ ਅਮ ਤੂੰ ਰੋਂਦਾ ਕਿਉਂ ਹੈ ਆਦੇ ਤੂੰ ਰਜ ਰਜ ਚੁੰਮ ਮੈਨੇ ਚੁੰਮਣ ਵਾਲੀ ਮਦੀਨ ਰਹਿ ਗਈ ਵਾਹ ਭਾਈ ਵਾਹ ਵਾਹ ਭਾਈ ਵਾਹ ਇਜਾਜ਼ਤ ਹੈ ਨਾ ਆਦੇ ਕੋਈ ਸ਼ੈ ਮੰਗ ਅਤੇ ਜਿਹੜਾ ਵਸਦਾ ਨਬੀ ਰੁਕਦੇ ਹਨ ਮਲੈਕ ਪਿੰਡ ਜਾਏ ਨਬੀਆਂ ਦੇ ਵਾਸਤੇ ਕੋਈ ਸ਼ੈ ਮੰਗ ਪਾਣੀ ਪਿਲਾ ਅਮੀਰਾ ਮੈਂ ਫੁਰਾਤ ਤਗੀਆਂ ਮੈਂ ਪਾਣੀ ਭਰਿਆ ਮੈਂ ਵਾਲਾ ਮੈਂ ਕੁਝ ਜਵਾਨ ਨਜ਼ਰ ਨਹੀਂ ਆਉਂਦਾ ਸੈਦਾ ਜੇ ਜਲਦੀ ਆ ਨਿਸ਼ਾਨੀਆਂ ਮਿਲ ਜਾ ਤੂੰ ਕਦਮ ਚਾਹੀਦੇ ਫਕੀਰਾ ਦੇ ਵਤਨ ਕੀਤਾ ਹੀ ਸੈਦਾ ਜੇ ਜਲਦੀ ਆ ਮੈਂ ਡਹਾਂ ਲਹਦਾ ਵੈਂ ਚਾਹੇ ਕਦਮ ਚਾਹੀਦੇ ਫਕੀਰਾ ਦੇ ਜ਼ਾਤ ਦਾ ਕੌਣ ਹੈ ਸੈਦਾ ਜੇ ਜਲਦੀ ਆ ਮੈਂ ਕੋ ਕੁਛ ਨਜ਼ਰ ਨਹੀਂ ਆਉਂਦੀ ਸੁਣੀਏ ਸਾਬਾ ਦੀ ਕਸਮ ਸ਼ੀਏ ਸੈਣ ਦੇ ਬੁਰਕੇ ਦੀ ਕਸਮ ਅਜਾ ਨੂ ਕਦਮ ਅਕਬਰਾਂ ਦਾ ਫਕੀਰ ਮਾਮਾ ਲਾ ਕੇ ਸ਼ਬੀਰ ਦੇ ਕਦਮਾਂ ਤੇ ਰੱਖ ਇਵੇਂ ਮੂੰਹ ਤੇ ਬਿਟਕਿਆ ਦੇ ਦੱਸੇ ਦਾ ਕਿਉਂ ਨਾ ਪੁੱਤਰ ਤੈਨੇ ਦੇਖੋ ਕਿਵੇਂ ਪੱਤਿਆ ਦੇ ਟੁਰਦਾ ਰਿਹਾ ਦੇ ਦਰਿਆ ਤੇਰੀ ਡਾੜੀ ਸੀ ਮੁਖਾਨ ਜਲ ਜਾ ਅਦੇ ਤੂੰ ਖਿਜ਼ਰ ਨਬੀ ਏ ਮੈਂ ਹੁਸੈਨ ਇਹ ਮੈਂ ਅਕਬਰੀ ਓ ਨਬੀ ਏ ਖੜਨੀ ਓ ਵਲੀ ਏ ਖੜਨੀ ਓ ਹੁਰਾਨ ਜੰਨਤ ਏ ਖੜਨੀ ਤੂੰ ਨਬੀਆਂ ਦੇ ਇਕੱਠੇ ਵੰਜ ਖਣ ਮੈਂ ਆਪਣਾ ਪਰਚਾ ਹੱਲ ਕਰੇ ਨਾ ਸੱਜ ਜਿਵੇਂ ਹੁਸੈਨ ਅਕਬਰ ਤੋਂ ਨਹੀਂ ਗਿਆ ਮੇਰੇ ਮੌਲਾ ਨਾਨੇ ਆਲੀ ਪੱਗ ਲਹਾਈ ਜਿੰਦੇ ਨਬੀ ਖੜੇ ਹੈਨ ਹੁਸੈਨ ਅਮਾਮੇ ਦਾ ਇਸ਼ਾਰਾ ਕੀਤਾ ਪੱਟੀ ਬੱਧੀ ਆਈ ਤੈ ਹੱਥ ਤੇ ਪੈਰ ਵਧਾਇਆ ਤੇ ਛੁਰੀ ਕੋ ਤੇ ਕੀਤਾ ਖਾਲਕ ਦੇ ਤਰਫੋਂ ਦੁੰਬਾਇਆ ਇਸਮਾਇਲ ਬਚ ਗਿਆ ਛੁਰੀ ਦਾ ਦਾਗ ਰਹਿ ਗਿਆ ਹਾਜਰਾ ਚੁੰਮ ਚੁੰਮ ਮਰ ਗਈ ਆਈ
ਆਦੇ ਹਾਜਰਾ ਕੁਸਦੀਆ ਮੈਂ ਲੈਲਾ ਕੁਸਦੇਣ ਮੈਂ ਪੱਟੀ ਨਾ ਬਣਦਾ ਮੈਂ ਅਕਬਰ ਦੀ ਮੈਂ ਪੱਟੀ ਨਾ ਮੰਨਦਾ ਮੈਂ ਅਕਬਰ ਜੀ ਆਦੇ ਓ ਯਾਕੂਬ ਨਬੀ ਤੇਰੇ ਯੂਸਫ ਕੋ ਤਮਾਚਾ ਲਗਾ ਤੇਰੇ ਪੁੱਤਰ ਦੀ ਔਲਾਦ ਆਈ ਮੇਰਾ ਕੁਆਰਾ ਮਰ ਗਏ ਸੈਯਦੇ ਤੂੰ ਬਾਨੀਏ ਮਜਲਿਸ ਇਹ ਸੈਯਦ ਬੈਠ ਇਹ ਮੌਲਾ ਦੇ ਮਦਾ ਖਾਨ ਬੈਠ ਦੁਆ ਪਿਆ ਮੰਗਦਾ ਮੁੰਡਾ ਜ਼ਖਮੀ ਪਿਓ ਤੜਫਦੇ ਪੁੱਤਰ ਤੇ ਕੱਲਾ ਨਾ ਜਿਹੜੇ ਵੇਲੇ ਹੁਸੈਨ ਅਕਬਰ ਗੁਬਰ ਛਿਖਾ ਗਈ ਆਈ ਇਵੇਂ ਪੁੱਤਰ ਦਾ ਸਰ ਚਾ ਕੇ ਜਾਨੋ ਤਰਕ ਹੱਥ ਨਵਾਨ ਰੋਕਿਆ ਦੇ ਬਹੁ ਔਖਾ ਆਇਆ ਤੜੀ ਲਾਸ ਉਤੇ ਮੈਡਾ ਅਕਬਰ ਪੁੱਤਰ ਹੁਸੈਨ ਦੀ ਕਸਮ ਹੈ ਤੇਰੀ ਜੱਦ ਦੀ ਕਸਮ ਹੈ ਅਕਬਰ ਦੀ ਬਰਛੀ ਤੈਨੂੰ ਹੱਥ ਰੱਖਣ ਰੋਕਿਆ ਦਾ ਬੈਠੇ ਗਾਣੇ ਬਣਦੇ ਸਹਰੇ ਪੈਦੇ ਸ਼ਾਲਾ ਮਰੇਨ ਨਾ ਪੁੱਤਾਰ ਕਹੀਂ ਦੇ ਹੁੰਦਾ ਪਾਠ ਜੀਉਣ ਬਣ ਗਏ ਮੌਲੀ ਫਾਤਿਰ ਜ਼ਿੰਦਗੀ ਦਾ ਕੋਈ ਪਤਾ ਨਹੀਂ ਚਾਰ ਮਿੰਟ ਦੀ ਮੈਂ ਡਿਊਟੀ ਦੇਵਣੀ ਹੈ ਮੈਂ ਢੇਰ ਪੜ ਗਿਆ ਪਾਣੀ ਦੀ ਹਸੀਆ ਤੇ ਹਾਜ਼ਰ ਹੋਂਦੇ ਮੌਲਾ ਦਾ ਜ਼ਵਾਰਾ ਦੁਆ ਪਿਆ ਮੰਗਦਾ ਸ਼ਾਲਾ ਕਹਿ ਬੁੱਢੜੇ ਪਿਉ ਦਾ ਕੁਮਾਰਾ ਪੁੱਤਰ ਨਾ ਮਰੇ ਅਗਰ ਮਰੇ ਤਾਂ ਪਿਉ ਜੀਂਦਾ ਨਾ ਹੋਏ ਅਗਰ ਜੀਂਦਾ ਸੀ ਮੈਂ ਰਾਤ ਪੈ ਵਨੇ ਹਰ ਕੋਈ ਟੁਰ ਹੋਏ ਸੀ ਸਾਰੀ ਰਾਤ ਪਿਉ ਰੋਂਦਾ ਰਾਸ ਉਸਲੇ ਸਨ ਪਿਉ ਰੋ ਸੀ ਕਫਨ ਪਵੇ ਸਨ ਪਿਉ ਰੋ ਕਬਰਸਤਾਨ ਤੋਂ ਜਨਾਜ਼ਾ ਹੋਏ ਸੀ ਪਿਉ ਹੱਥ ਵਧਾ ਬੰਦਾ ਸੀ ਜਿੱਥਾ ਮੇਰੇ ਪੁੱਤਰ ਨੂੰ ਦਫਨ ਕਰਾਏ ਮੈਂ ਕੁਰਲੇ ਸਮਾਈ ਆਵੇ ਖਾਨ ਸਾਹਿਬ ਲੋਕ ਪਕੜ ਕੇ ਪਿਉ ਕੋਲੇ ਦੇ ਕਮਰੇ ਚ ਬੰਦ ਕਰੇ ਆ ਮੇਰੇ ਸਰ ਤੇ ਕੁਰਾਨ ਰੱਖਾ ਕਰਬਲਾ ਦੇ ਮੈਦਾਨ ਚ ਹੁਸੈਨ ਕੋ ਨਾ ਕੋਈ ਪਕੜਨ ਵਾਲਾ ਪੁੱਤਰ ਕੋ ਚਾਹੀਦਾ ਖੈਮਾ ਦਮੋ ਕਰ ਗਿਆ ਦੇ ਜਿੰਨਾ ਮਿਲਣਾ ਹੈ ਮੈਂ ਅਕਬਰ ਕੋ ਹੁਣ ਜਲਦੀ ਬੜੀ ਮਨਜ਼ੂਰ ਮਜਲੇ ਸੀ ਅੱਜ ਪਿੰਨ ਗਿਣ ਸਾਡੇ ਆ ਕੇ ਦੁਆ ਕਰ ਕਦਰਦਾਨ ਮੌਲਾ ਦਾ ਦਵਾਰਾ ਦੁਆ ਪਿਆ ਮੰਗਦਾ ਸ਼ਾਲਾ ਕੈ ਭੇਣ ਦਾ ਕੁਆਰਾ ਫਿਰਾ ਨਾ ਮਰ ਅਗਰ ਮਰੇ ਤਾਂ ਭੇਣ ਜੀਂਦੀ ਨਾ ਹੋਵੇ ਜੀਂਦੀ ਅਸੀਂ ਤਾਂ ਮੋਏ ਕੋ ਗਾਹ ਨਹੀਂ ਬਣਦੀ ਮੋਏ ਕੋ ਸੇਰ ਪੈਂਦੀ ਜਿਹੜੇ ਵੇਲੇ ਮੈਂ ਮਹਿਲ ਵੰਜੇ ਭੇਣ ਪਿੱਛੋਂ ਦੌੜ ਪਾਉਂਦੀ ਏ ਅਕਬਰ ਦੀ ਭੇਣ ਅਕਬਰ ਦੀ ਬਰਛੀ ਤੇ ਮੂੰਹ ਰੱਖੀ ਪਈ ਏ ਅਜਿਹੀ ਕੀ ਵਾਰੀ ਅੱਖੀਆਂ ਬਾ ਅਲੋ ਪਰਦੇਸੀ ਵੀ ਇੱਕ ਵਾਰੀ ਅੱਖੀਆਂ ਬਾ
ਜੋੜਾ ਪਾਕ ਹੇ ਇਜਾਜ਼ਤ ਕਰੋ ਬਰਦਾਸ਼ ਇਹ ਅਕਬਰ ਸੁੱਤਾ ਪਏ ਸਰ ਹੁਸੈਨ ਝੋਲੀ ਚ ਆਲੀਆ ਪੈਰ ਇਹਨੂੰ ਇਹਨੂੰ ਮਸਤੂਰਾਂ ਝੜੀਆਂ ਹੋਏ ਅਕਲ ਲਾਸ ਛੋੜੋ ਹੁਸੈਨ ਤੇ ਕੌਣ ਅਸਰ ਦਿਮਾਗ ਅਸਰ ਕੁਹੱਤਾ ਤੇ ਚਾਹੀਵਤੀ ਅੱਜ ਹੁਸੈਨ ਖੇਮੇ ਵਾਲਾ ਮੈਂ ਕੋਈ ਸਕਨ ਕਰੇ ਨਹੀਂ ਆ ਕੇ ਅਸਰ ਕੋ ਅਕਬਰ ਦੇ ਸੀਨੇ ਤੇ ਸਮਾਏ ਬੀਬੀ ਅਜੇ ਵੀ